ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਵੈਮਾਨ ਸਿੰਘ ਫਿਰ ਵਾਪਸ ਲੈ ਕੇ ਆਏ ਹਾਂ ਤੁਹਾਡਾ ਸ਼ੋਅ ਰੋਡ ਟੂ ਮੈਡੀਸਨ। ਪਿਛਲੇ ਸ਼ੋਅ 'ਚ ਆਪਾਂ ਡਿਸਕਸ ਕੀਤਾ ਸੀ ਟੌਪਿਕਸ ਰਿਲੇਟਿੰਗ ਟੂ ਹੈਲਥ ਕੇਅਰ, ਅਮੈਰੀਕਨ ਹੈਲਥ ਕੇਅਰ ਬਾਰੇ ਕੀ ਹੁੰਦਾ, ਕੀ ਵੇਜ਼ ਆ ਕਿ ਤੁਸੀਂ ਅਮੈਰੀਕਨ ਹੈਲਥ ਕੇਅਰ ਵਿੱਚ ਇਨਵੋਲਵ ਹੋ ਸਕਦੇ ਜੋ, ਇਹ ਹੈਲਥ ਸਿਸਟਮ ਦਾ ਫਾਇਦਾ ਲੈ ਸਕਦੇ ਜੋ। ਇਸ ਐਪੀਸੋਡ ਵਿੱਚ ਆਪਾਂ ਡਿਸਕਸ ਕਰਾਂਗੇ ਐਸਾ ਡਿਜ਼ੀਜ਼ ਜਿਹੜਾ ਓਵਰ 100 million ਅਮੈਰੀਕਨਸ ਨੂੰ ਇਫੈਕਟ ਕਰਦਾ। ਇਹਨੂੰ ਅਸੀਂ ਸਾਇਲੈਂਟ ਕਿਲਰ ਵੀ ਕਹਿੰਦੇ ਹਾਂ। ਇਹ ਐਸੀ ਚੀਜ਼ ਆ, ਐਸਾ ਡਿਜ਼ੀਜ਼ ਆ ਜਿਹੜਾ ਏਜਿੰਗ ਕਰਦਾ। 100 ਕਰੀਮਾਂ ਲਾ ਲਓ, ਪਰ ਜੇ ਤੁਹਾਨੂੰ ਹਾਈਪਰ ਟੈਂਸ਼ਨ ਆ, ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਆ, ਤਾਂ ਤੁਹਾਡੀ ਉਮਰ ਦਿਨੋਂ ਦਿਨ ਘਟੀ ਜਾਂਦੀ ਆ। ਸੋ ਅੱਜ ਆਪਾਂ ਗੱਲ ਕਰਾਂਗੇ ਹਾਈ ਬਲੱਡ ਪ੍ਰੈਸ਼ਰ ਦੀ। ਅਕਸਰ ਗੁਰਦੁਆਰਿਆਂ 'ਚ ਜਾਂ ਅਸੀਂ ਜਦੋਂ ਮੈਡੀਕਲ ਕੈਂਪਾਂ 'ਤੇ ਜਾਂਦੇ ਹਾਂ ਜਾਂ ਸਾਡੇ ਹੌਸਪੀਟਲਾਂ 'ਚ ਜਦੋਂ ਇੰਡੀਅਨ ਜਾਂ ਪਾਕਿਸਤਾਨੀ ਪਾਪੂਲੇਸ਼ਨ ਨਾਲ ਇੰਟਰੈਕਸ਼ਨ ਹੁੰਦਾ, ਤਾਂ ਸਭ ਤੋਂ ਪਹਿਲਾਂ ਜਾਂ ਸਭ ਤੋਂ ਅਹਿਮ ਮੁੱਦਾ ਜਿਹੜਾ ਉਹ ਖੜ੍ਹਾ ਕਰਦੇ ਆ ਉਹ ਹਾਈਪਰ ਟੈਂਸ਼ਨ ਦਾ। ਕੀ ਹਾਈਪਰ ਟੈਂਸ਼ਨ ਆ, ਅਸੀਂ ਕੀ ਕਰ ਸਕਦੇ ਹਾਂ ਇਹਨੂੰ ਇਹ ਤੋਂ ਬਚਣ ਲਈ। ਜੇ ਅਸੀਂ ਦਵਾਈਆਂ ਨਾ ਲੈਣੀਆਂ ਹੋਣ ਫਿਰ ਵੀ ਅਸੀਂ ਬਚ ਸਕਦੇ ਹਾਂ, ਅਤੇ ਜੇ ਸਾਨੂੰ ਹਾਈਪਰ ਟੈਂਸ਼ਨ ਹੋ ਜਾਵੇ ਤਾਂ ਸਾਨੂੰ ਕਿੰਨੀਆਂ ਕੁ ਦਵਾਈਆਂ ਖਾਣੀਆਂ ਪੈਣਗੀਆਂ ਜਾਂ ਕਿੰਨੀ ਦੇਰ ਦਵਾਈਆਂ ਖਾਣੀਆਂ ਪੈਣਗੀਆਂ। ਸੋ ਇਹ ਸਾਰੀਆਂ ਗੱਲਾਂ 'ਤੇ ਆਪਾਂ ਅੱਜ ਚਰਚਾ ਕਰਾਂਗੇ, ਅਤੇ ਸ਼ੋਅ ਦੇ ਐਂਡ 'ਤੇ ਅਸੀਂ ਤੁਹਾਨੂੰ ਕੁਛ ਐਸੇ ਟਿਪਸ ਵੀ ਦੇਵਾਂਗੇ ਜਿਹੜੇ ਤੁਹਾਡੀ ਗਾਰੰਟੀਡ ਆ ਕਿ ਤੁਹਾਡੀ ਲਾਈਫ ਨੂੰ ਵਧਾਉਣਗੇ ਅਤੇ ਤੁਹਾਨੂੰ ਹੈਲਪ ਕਰਨਗੇ ਕਿ ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਆ ਤਾਂ ਉਹਨੂੰ ਕਿੱਦਾਂ ਤੁਸੀਂ ਫਾਈਟ ਕਰ ਸਕਦੇ ਜੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਐਪੀਸੋਡ ਹਾਈ ਬਲੱਡ ਪ੍ਰੈਸ਼ਰ 'ਤੇ। ਸੋ ਸਭ ਤੋਂ ਪਹਿਲਾਂ ਕੋਈ ਵੀ ਬਿਮਾਰੀ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਬਿਮਾਰੀ ਹੈ ਕੀ। ਸੋ ਹਾਈ ਬਲੱਡ ਪ੍ਰੈਸ਼ਰ ਹੁੰਦਾ ਕੀ ਆ? ਸੋ ਤੁਹਾਡਾ ਹਾਰਟ, ਤੁਹਾਡਾ ਦਿਲ ਸਾਰੇ ਸਰੀਰ ਨੂੰ ਖੂਨ ਪਹੁੰਚਾਉਂਦਾ, ਰਾਈਟ, ਨਾੜੀਆਂ ਦੇ ਰਾਹੀਂ। ਸੋ ਹਾਰਟ ਬੀਟ ਕਰਦਾ ਇੱਕ ਮਿੰਟ 'ਚ ਕਿਸੇ ਦਾ 60 ਵਾਰੀ, ਕਿਸੇ ਦਾ 100 ਵਾਰੀ, ਬਿਟਵੀਨ 60 to 100। ਸੋ ਜਦੋਂ ਉਹ ਬੀਟ ਕਰਦਾ ਤਾਂ ਖੂਨ ਬਾਹਰ ਜਾਂਦਾ ਹਾਰਟ ਤੋਂ, ਨਾੜੀਆਂ 'ਚ ਜਾਂਦਾ, ਉੱਥੇ ਬਲੱਡ ਪ੍ਰੈਸ਼ਰ ਬਣਦਾ। ਕਿਉਂਕਿ ਇੱਕ ਸਾਇੰਸ ਆ, ਫਿਜ਼ਿਕਸ ਆ, ਉਹਦਾ ਲਾਅ ਆ ਕਿ ਕੋਈ ਵੀ ਚੀਜ਼ ਹਾਈ ਪ੍ਰੈਸ਼ਰ ਤੋਂ ਲੋਅ ਪ੍ਰੈਸ਼ਰ 'ਤੇ ਜਾਂਦੀ ਆ। ਸੋ ਜਿਹੜਾ ਪ੍ਰੈਸ਼ਰ ਹਾਰਟ ਬਣਾਉਂਦਾ ਨਾੜੀਆਂ ਦੇ ਰਾਹੀਂ, ਉਹ ਚੀਜ਼ ਤੁਹਾਡੇ ਖੂਨ ਨੂੰ ਹੈਲਪ ਕਰਨ ਦੀ ਅੱਗੇ ਜਾਣ ਨੂੰ, ਉਹ ਬਹੁਤ ਜ਼ਰੂਰੀ ਆ। ਬਿਕੋਜ਼ ਜੇ ਤੁਸੀਂ ਆਪਣੀ ਕਿਡਨੀਜ਼ ਨੂੰ ਖੂਨ ਦੇਣਾ, ਜੇ ਤੁਸੀਂ ਆਪਣੇ ਹਾਰਟ ਨੂੰ ਵੀ ਖੂਨ ਦੇਣਾ, ਜੇ ਤੁਸੀਂ ਆਪਣੇ ਦਿਮਾਗ ਨੂੰ ਖੂਨ ਦੇਣਾ, ਜੇ ਗੁਰਦਿਆਂ ਨੂੰ ਖੂਨ ਦੇਣਾ, ਜੇ ਆਪਣੇ ਜਿਗਰੇ ਨੂੰ ਖੂਨ ਦੇਣਾ, ਤਾਂ ਤੁਹਾਨੂੰ ਉਹ ਬਲੱਡ ਪ੍ਰੈਸ਼ਰ ਚਾਹੀਦਾ ਵਾ ਸਸਟੇਨ ਕਰਨ ਲਈ, ਉਹ ਖੂਨ ਕੀ ਅੱਗੇ ਜਾਵੇ। ਫਿਰ ਜਦੋਂ ਹਾਰਟ ਰਿਲੈਕਸ ਕਰਦਾ ਉਦੋਂ ਕੋਈ ਵੀ ਖੂਨ ਬਾਹਰ ਨਹੀਂ ਜਾਂਦਾ, ਉਹ ਬਲੱਡ ਪ੍ਰੈਸ਼ਰ ਉਦੋਂ ਨਾੜੀਆਂ 'ਚ ਕਿਹੜਾ ਵਾ, ਉਹਨੂੰ ਆਉਂਦੇ ਆ ਡਾਇਸਟੋਲਿਕ ਪ੍ਰੈਸ਼ਰ। ਸੋ ਪਹਿਲਾਂ ਸੀ ਉੱਪਰਲਾ ਪ੍ਰੈਸ਼ਰ ਜਿਹੜੇ ਨੰਬਰ ਤੁਹਾਨੂੰ ਮਿਲਦਾ, ਅਤੇ ਫਿਰ ਥਰਡਾ ਨੰਬਰ। ਸੋ ਇਹ ਹੁੰਦਾ ਸਿਸਟੋਲਿਕ ਪ੍ਰੈਸ਼ਰ ਓਵਰ ਡਾਇਸਟੋਲਿਕ ਪ੍ਰੈਸ਼ਰ, ਜਿਹੜਾ ਨੋਰਮਲ ਆ 120/80। ਇਹ ਹੁੰਦਾ ਬਲੱਡ ਪ੍ਰੈਸ਼ਰ। ਸੋ ਬਲੱਡ ਪ੍ਰੈਸ਼ਰ ਇੱਕ ਹੱਦ ਤੱਕ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਬਲੱਡ ਪ੍ਰੈਸ਼ਰ ਘੱਟ ਜਾਂਦਾ ਤਾਂ ਤੁਹਾਡੀਆਂ ਜਿਹੜੀਆਂ ਔਰਗਨਸ ਆ ਉਹਨਾਂ ਨੂੰ ਖੂਨ ਨਹੀਂ ਜਾਂਦਾ। ਜੇ ਤੁਸੀਂ ਆਪਣੇ ਘਰ 'ਚ ਜੋ ਐਂਡ ਤੁਸੀਂ ਵੇਖਣਾ ਚਾਹੁੰਦੇ ਜੋ ਕਿ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ ਜਾਂ ਨਹੀਂ ਹੈਗਾ, ਇਟਸ ਅ ਵੈਰੀ ਸਿੰਪਲ ਪ੍ਰੋਸੈਸ, ਬਹੁਤ ਈਜ਼ਲੀ ਤੁਸੀਂ ਵੇਖ ਸਕਦੇ ਜੋ। ਇੱਕ ਕਫ ਖਰੀਦੋ, ਕਫ ਨੂੰ ਆਪਣੀ ਬਾਂਹ 'ਤੇ ਟਾਈਟਨ ਕਰੋ। ਕਫ ਤੁਸੀਂ ਫਾਰਮੇਸੀ, CVS ਫਾਰਮੇਸੀ, ਵਾਲਗ੍ਰੀਨ ਕਿਤੋਂ ਵੀ ਖਰੀਦ ਸਕਦੇ ਜੋ, ਅਤੇ ਉਹਨਾਂ ਨੂੰ ਪੁੱਛੋ ਕਿ ਇਹ ਇੱਕ ਪ੍ਰੋਪਰ ਸਾਈਜ਼ ਹੁੰਦਾ, ਹਰ ਇੱਕ ਵੇਟ ਦੇ ਹਿਸਾਬ ਨਾਲ, ਸਾਈਜ਼ ਦੇ ਹਿਸਾਬ ਨਾਲ ਕਫਸ ਹੁੰਦੇ ਆ। ਸੋ ਮੇਕ ਸ਼ੋਰ ਤੁਸੀਂ ਉਹਨਾਂ ਦੇ ਫਾਰਮਾਸਿਸਟ ਦੀ ਹੈਲਪ ਲਓ ਜਦੋਂ ਕਫ ਖਰੀਦਣ ਤੋਂ ਪਹਿਲਾਂ ਕਿ ਕਿਹੜਾ ਕਫ ਤੁਹਾਡੇ ਲਈ ਆ। ਸੋ ਕਫ ਨੂੰ ਜਦੋਂ ਤੁਸੀਂ ਆਪਣੀ ਆਰਮ 'ਤੇ, ਆਪਣੇ ਬਾਂਹ 'ਤੇ ਪਾਉਣਾ, ਇੱਦਾਂ ਤੁਸੀਂ ਮੇਕ ਸ਼ੋਰ ਕਿ 5 ਮਿੰਟ ਕੁਰਸੀ 'ਤੇ ਬੈਠੇ ਜੋ, ਜਿਹੜੀ ਤੁਹਾਡੀ ਬਾਂਹ ਆ ਉਹ ਇੱਦਾਂ ਕਿਸੇ ਟੇਬਲ 'ਤੇ ਰੈਸਟ ਕਰਦੀ ਹੋਣੀ ਚਾਹੀਦੀ ਆ, ਅਤੇ ਜਿਹੜਾ ਕਫ ਆ ਉਹ ਤੁਹਾਡੇ ਹਾਰਟ ਦੇ ਲੈਵਲ 'ਤੇ ਹੋਣਾ ਚਾਹੀਦਾ। ਸੋ ਇੱਕ ਰੀਡਿੰਗ ਲਓ, ਕਦੀ ਵੀ ਇੱਕ ਰੀਡਿੰਗ 'ਤੇ ਖੜ੍ਹੇ ਨਾ ਹੋ, ਦੋ ਰੀਡਿੰਗ ਸਦਾ ਇੱਕ ਰੀਡਿੰਗ ਤੋਂ ਬਾਅਦ ਇੱਕ ਵਾਰੀ ਫੇਰ ਮੈਜ਼ਰ ਕਰੋ, ਉਹ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਇੱਕ ਰੀਡਿੰਗ ਕਈ ਵਾਰੀ ਗਲਤ ਹੋ ਸਕਦੀ ਆ। ਸੋ ਦੋ ਰੀਡਿੰਗਸ ਜ਼ਰੂਰ ਲਓ, ਅਤੇ ਫਿਰ ਤੁਸੀਂ ਈਜ਼ਲੀ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰ ਸਕਦੇ, ਵੇਖ ਸਕਦੇ ਜੋ। ਸੋ ਸਕਰੀਨ 'ਤੇ ਤੁਹਾਨੂੰ ਆ ਨੰਬਰਸ ਵਿਖ ਰਹੇ ਹੋਣਗੇ। ਸੋ ਇਹ ਆ ਨੰਬਰਸ ਫੋਰ ਬਲੱਡ ਪ੍ਰੈਸ਼ਰ। ਸੋ ਐਨੀਬਡੀ ਜਿਹਦਾ ਬਲੱਡ ਪ੍ਰੈਸ਼ਰ 120/80 ਤੋਂ ਥੱਲੇ ਆ, ਯੂਰ ਗੁੱਡ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਆਈ ਮੀਨ ਤੁਸੀਂ ਵਧੀਆ ਖਾਓ, ਵਧੀਆ ਪੀਓ, ਐਕਸਰਸਾਈਜ਼ ਕਰੋ, ਜੋ ਤੁਸੀਂ ਕਰ ਰਹੇ ਹੋ ਜੋ ਕਰਦੇ ਰਹੋ, ਪਰ ਤੁਹਾਨੂੰ ਇਸ ਵੇਲੇ ਕੋਈ ਵੀ ਡਰਨ ਦੀ ਲੋੜ ਨਹੀਂ, ਤੁਸੀਂ ਬਚੇ ਜੋ। ਜੇ ਤੁਹਾਡਾ ਬਲੱਡ ਪ੍ਰੈਸ਼ਰ 120/130 ਦੇ ਵਿਚਕਾਰ ਹੈ, ਦੈਨ ਇਟਸ
ਤੁਹਾਡਾ ਬਲੱਡ ਪ੍ਰੈਸ਼ਰ ਐਲੀਵੇਟਿਡ ਆ। ਹੋ ਸਕਦਾ ਤੁਹਾਨੂੰ ਦਵਾਈ ਦੀ ਲੋੜ ਪਵੇ, ਹੋ ਸਕਦਾ ਤੁਸੀਂ ਜਸਟ ਬਾਏ ਐਕਸਰਸਾਈਜ਼ਿੰਗ ਜਾਂ ਹੋਰ ਜਿਹੜੀਆਂ ਚੀਜ਼ਾਂ ਦੀਆਂ ਆਪਾਂ ਗੱਲ ਕਰਾਂਗੇ ਉਹ ਕਰਕੇ ਤੁਸੀਂ ਦਵਾਈ ਤੋਂ ਬਚ ਸਕਦੇ ਜੋ, ਪਰ ਫਿਰ ਵੀ ਤੁਹਾਨੂੰ ਕੰਸਰਨ ਹੋਣਾ ਚਾਹੀਦਾ। ਜੇ ਤੁਹਾਡਾ ਬਲੱਡ ਪ੍ਰੈਸ਼ਰ 130 ਤੋਂ ਉੱਪਰ ਆ, ਉੱਪਰਲਾ ਜਿਹੜਾ ਨੰਬਰ 130 ਤੋਂ ਉੱਪਰ ਆ, ਅਤੇ ਥਰਡਾ ਨੰਬਰ 80 ਤੋਂ ਉੱਪਰ ਆ, ਜਾਂ ਦੋਵਾਂ 'ਚੋਂ ਇੱਕ ਵੀ ਨੰਬਰ ਜਿਹੜਾ ਜਾਂ 130 ਤੋਂ ਉੱਪਰ ਆ ਜਾਂ ਥਰਡਾ 80 ਤੋਂ ਉੱਪਰ ਆ, ਦੈਨ ਬਹੁਤ ਜ਼ਰੂਰੀ ਆ ਕਿ ਤੁਸੀਂ ਡਾਕਟਰ ਕੋਲ ਜਾਓ। ਐਕਚੁਲੀ ਮੈਂ ਚਾਹਾਂਗਾ ਕਿ ਜੇ ਕਿਸੇ ਦਾ 120 ਤੋਂ ਵੀ ਉੱਪਰ ਆ ਤਾਂ ਉਹਨੂੰ ਵੀ ਡਾਕਟਰ ਤੋਂ ਜ਼ਰੂਰ ਜਾਣਾ ਚਾਹੀਦਾ। ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ ਵੇਖ ਸਕਦੇ ਜੋ ਕਿ ਕਿਹੜੇ ਡਾਕਟਰਸ ਤੁਹਾਡੇ ਇੰਸ਼ੋਰੈਂਸ ਨਾਲ ਇੰਸ਼ੋਰੈਂਸ ਲੈਂਦੇ ਨੇ, ਤਾਂ ਉਹਨਾਂ 'ਚੋਂ ਕਿਸੇ ਵੀ ਡਾਕਟਰ ਕੋਲ ਜਾਓ। ਫੈਮਿਲੀ ਮੈਡੀਸਨ ਜਾਂ ਇੰਟਰਨਲ ਮੈਡੀਸਨ ਜਾਂ ਕਾਰਡੀਓਲੋਜਿਸਟ ਕੋਲ ਵੀ ਜਾ ਸਕਦੇ ਜੋ ਕਿ ਮੇਰਾ ਨੰਬਰ ਆਏ ਆ। ਬਟ ਬਿਫੋਰ ਤੁਸੀਂ ਉਹਨਾਂ ਤੋਂ ਜਾਣ ਤੋਂ ਪਹਿਲਾਂ ਕੁਛ ਐਸੀਆਂ ਰੀਡਿੰਗਸ ਜ਼ਰੂਰ ਲਓ, ਇੱਕ ਲੌਗ ਬੁੱਕ ਬਣਾਓ ਕਿ ਸਵੇਰੇ ਵੀ ਦੋ ਵਾਰੀ, ਸ਼ਾਮ ਨੂੰ ਵੀ ਦੋ ਵਾਰੀ, ਸਵੇਰੇ ਵੀ ਦੋ ਵਾਰੀ, ਸ਼ਾਮ ਨੂੰ ਵੀ ਦੋ ਵਾਰੀ, ਹਫ਼ਤਾ ਪੂਰਾ ਚੈੱਕ ਕਰੋ ਕਿ ਤੁਹਾਡੇ ਆਹ ਨੰਬਰ ਆਏ ਆ। ਕਿਉਂਕਿ ਇਹ ਬਹੁਤ ਜ਼ਰੂਰੀ ਆ ਕਿ ਇਹ ਨਹੀਂ ਕਿ ਇੱਕੋ ਵਾਰੀ ਤੁਹਾਡਾ ਬਲੱਡ ਪ੍ਰੈਸ਼ਰ ਉੱਪਰ ਸੀ ਜਾਂ ਕਦੀ ਕਦੀ ਉੱਪਰ ਸੀ। ਇਹ ਸਾਨੂੰ ਬਹੁਤ ਗਾਈਡ ਕਰਦਾ ਕਿ ਜਦੋਂ ਕੋਈ ਪੇਸ਼ੈਂਟ ਸਾਨੂੰ ਪੂਰੀ ਇੱਕ ਲੌਗ ਲੈ ਕੇ ਆਉਂਦਾ ਬਲੱਡ ਪ੍ਰੈਸ਼ਰਸ ਦੀ, ਕਦੀ ਵੀ ਅਸੀਂ ਇੱਕ ਬਲੱਡ ਪ੍ਰੈਸ਼ਰ ਰੀਡਿੰਗ 'ਤੇ ਨਹੀਂ ਕਿਸੇ ਨੂੰ ਜੱਜ ਕਰਦੇ। ਅਨਲੈਸ ਤੁਹਾਡਾ ਬਲੱਡ ਪ੍ਰੈਸ਼ਰ 160 ਤੋਂ ਉੱਪਰ, 180 ਤੋਂ ਉੱਪਰ ਹੈ। ਜੇ ਤੁਹਾਡਾ ਬਲੱਡ ਪ੍ਰੈਸ਼ਰ 180 ਤੋਂ ਕਦੀ ਉੱਪਰ ਆ, ਦੈਨ 100% ਤੁਹਾਨੂੰ ਹਾਈਪਰਟੈਂਸ਼ਨ ਹੈਗੀ ਆ, ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ, ਅਤੇ ਤੁਹਾਨੂੰ ਇਮੀਡੀਏਟਲੀ ਦਵਾਈ ਦੀ ਲੋੜ ਆ। ਸੋ ਇੱਕ ਚੀਜ਼ ਜੋ ਤਾਂ ਅਸੀਂ ਸਕਰੀਨ 'ਤੇ ਵੇਖ ਸਕਦੇ ਜੋ, ਕੁਛ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਹਾਡਾ ਬਲੱਡ ਪ੍ਰੈਸ਼ਰ ਵਧਾਉਂਦੀਆਂ, ਜਿੱਦਾਂ ਕਿ ਐਲਕੋਹੋਲ, ਸ਼ਰਾਬ, ਜਿੱਦਾਂ ਕਿ ਕੋਈ ਐਡਵਿਲ, ਆਈਬੀਪ੍ਰੋਫਨ, ਕੁਛ ਚੀਜ਼ਾਂ ਜਿਹੜੀਆਂ ਤੁਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ, ਲਾਈਫ ਵਿੱਚ ਯੂਜ਼ ਕਰ ਰਹੇ ਹੋ, ਤੁਹਾਨੂੰ ਵੀ ਨਹੀਂ ਪਤਾ ਸ਼ਾਇਦ ਹੋਊਗਾ ਕਿ ਉਹ ਤੁਹਾਡਾ ਬਲੱਡ ਪ੍ਰੈਸ਼ਰ ਵਧਾਉਂਦੀਆਂ। ਸੋ ਉਹ ਚੀਜ਼ਾਂ ਨੂੰ ਤੁਹਾਨੂੰ ਬਹੁਤ ਜ਼ਰੂਰੀ ਆ ਕਿ ਉਹ ਚੀਜ਼ਾਂ ਨੂੰ ਰੋਕੋ, ਉਹ ਚੀਜ਼ਾਂ ਨੂੰ ਨਾ ਵਰਤੋ। ਜੇ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਆਇਆ ਸੀ, ਫਿਰ ਆਪਣੀ ਰੀਡਿੰਗ ਲਓ, ਇੱਕ ਜਾਂ ਦੋ ਦਿਨ ਖਲੋ ਕੇ। ਸੋ ਇਹ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਜੋ, ਜੇ ਉਹ ਤੁਹਾਡਾ ਜ਼ਿਆਦਾ ਆਉਂਦਾ, ਤੁਸੀਂ ਡਾਕਟਰ ਕੋਲ ਜਾਓਗੇ ਅਤੇ ਡਾਕਟਰ ਕੁਛ ਟੈਸਟ ਕਰੂਗਾ। ਇਹ ਟੈਸਟ ਬਹੁਤ ਜ਼ਰੂਰੀ ਆ, ਕਿਉਂਕਿ ਹਾਈ ਬਲੱਡ ਪ੍ਰੈਸ਼ਰ ਸੇਮ ਨਹੀਂ ਆ। ਕਿਸੇ ਦਾ ਹਾਈ ਬਲੱਡ ਪ੍ਰੈਸ਼ਰ ਥਾਇਰੋਇਡ ਡਿਜ਼ੀਜ਼ ਕਰਕੇ ਹੋ ਸਕਦਾ, ਕਿਸੇ ਦਾ ਹਾਈ ਬਲੱਡ ਪ੍ਰੈਸ਼ਰ ਇਸ ਲਈ ਉੱਪਰ ਆ ਕਿਉਂਕਿ ਉਹਨੂੰ ਲਾਈਫ 'ਚ ਟੈਨਸ਼ਨਾਂ ਜ਼ਿਆਦੀਆਂ, ਕਿਸੇ ਦਾ ਇਸ ਲਈ ਕਿਉਂਕਿ ਉਹਦੀ ਜੈਨੈਟਿਕਸ ਕਰਕੇ ਆ। ਹਰ ਇੱਕ ਬਲੱਡ ਪ੍ਰੈਸ਼ਰ, ਹਰ ਇੱਕ ਤਰ੍ਹਾਂ ਦਾ ਬਲੱਡ ਪ੍ਰੈਸ਼ਰ ਸੇਮ ਨਹੀਂ ਹੁੰਦਾ। ਸੋ ਉਹ ਬਹੁਤ ਜ਼ਰੂਰੀ ਆ ਡਾਕਟਰ ਨੂੰ, ਇਸ ਲਈ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਆ, ਕਿਉਂਕਿ ਉਹ ਹੀ ਤੁਹਾਨੂੰ ਵੇਖ ਸਕਦਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਕਿਉਂ ਉੱਪਰ ਆ, ਤੁਹਾਡਾ ਤੁਹਾਨੂੰ ਹਾਈਪਰਟੈਂਸ਼ਨ ਕਿਉਂ ਆ, ਅਤੇ ਉਹਦੇ ਹਿਸਾਬ ਨਾਲ ਉਹ ਦਵਾਈ ਜਾਂ ਹੋਰ ਰੈਕਮੈਂਡੇਸ਼ਨਸ ਦੇ ਸਕਦਾ। ਸੋ ਇਹ ਟੈਸਟ ਜੋ ਤੁਸੀਂ ਸਕਰੀਨ 'ਤੇ ਵੇਖ ਸਕਦੇ, ਤੁਸੀਂ ਇਹਦੀ ਫੋਟੋ ਵੀ ਲੈ ਸਕਦੇ ਜੋ, ਕਿ ਜਦੋਂ ਤੁਹਾਨੂੰ ਜੇ ਤੁਹਾਨੂੰ ਡਾਇਗਨੋਸ ਹੁੰਦਾ ਹੈ ਹਾਈ ਬਲੱਡ ਪ੍ਰੈਸ਼ਰ, ਤਾਂ ਇਹ ਟੈਸਟ ਕਰਾਉਣੇ ਬਹੁਤ ਜ਼ਰੂਰੀ ਬਣਦੇ ਨੇ। ਅਕਸਰ ਆਪਣੀ ਪੰਜਾਬੀ ਕਮਿਊਨਿਟੀ 'ਚ ਵੇਖੀਦਾ ਕਿ ਲੋਕ ਚਾਹੁੰਦੇ ਨਹੀਂ ਕਿ ਅਸੀਂ ਦਵਾਈ ਲਈਏ, ਅਤੇ ਹਾਈਪਰਟੈਂਸ਼ਨ, ਸ਼ੂਗਰ ਰੱਬ ਦਾ ਐਸੀ ਬਿਮਾਰੀ ਆ ਕਿ ਜਿਹੜੀ ਦਵਾਈ ਤੋਂ ਬਿਨਾਂ ਵੀ ਆਪਾਂ ਕੁਛ ਹੱਦ ਤੱਕ ਸਾਰ ਸਕਦੇ ਹਾਂ, ਖਾਸ ਕਰਕੇ ਜੇ ਤੁਹਾਡਾ ਬਲੱਡ ਪ੍ਰੈਸ਼ਰ 130 140 ਤੋਂ ਥੱਲੇ ਆ। ਤੁਸੀਂ ਜਿੱਦਾਂ ਸਕਰੀਨ 'ਤੇ ਵੇਖ ਸਕਦੇ ਜੋ, ਸਿੰਪਲੀ ਜੇ ਤੁਸੀਂ ਐਕਸਰਸਾਈਜ਼ ਕਰੋ, ਜੇ ਤੁਸੀਂ ਆਪਣਾ ਭਾਰ ਘਟਾਓ, ਜੇ ਤੁਸੀਂ ਲੋ ਸੋਡੀਅਮ ਡਾਇਟ ਖਾਓ, ਜੇ ਤੁਸੀਂ ਹਾਈ ਪੋਟਾਸ਼ੀਅਮ ਡਾਇਟ ਖਾਓ। ਐਕਸਰਸਾਈਜ਼ ਦਾ ਮਤਲਬ ਇਹ ਨਹੀਂ ਕਿ ਬਸ ਥੋੜ੍ਹਾ ਜਿਹਾ ਹੱਥ ਹੁੱਥ ਲਾ ਲਏ, ਐਕਸਰਸਾਈਜ਼ ਦਾ ਮਤਲਬ ਤੁਸੀਂ ਪੂਰੀ ਪ੍ਰੋਪਰ ਵਾਕ ਕਰੋ ਅੱਧਾ ਘੰਟਾ, ਤੁਸੀਂ ਜਿੰਮ ਜਾ ਸਕਦੇ ਹੋ, ਜਿੰਮ ਜਾਓ। ਲੋ ਸੋਡੀਅਮ ਡਾਇਟ ਦਾ ਇਹ ਨਹੀਂ ਕਿ ਬਸ ਰੋਟੀ 'ਚ ਆਪਾਂ ਲੂਣ ਘੱਟ ਪਾਇਆ ਅਤੇ ਉਹ ਲੋ ਸੋਡੀਅਮ ਡਾਇਟ ਹੋ ਗਈ। ਜੇ ਤੁਸੀਂ ਬਾਹਰ ਚਿਪਸ ਖਾਂਦੇ ਹੋ, ਤੁਹਾਨੂੰ ਚਿਪਸ ਰੋਕਣੇ ਪੈਣਗੇ, ਇੱਕ ਚਿਪਸ ਦੇ ਪੈਕਟ 'ਚ ਬਹੁਤ ਜ਼ਿਆਦਾ ਲੂਣ ਹੁੰਦਾ। ਸੋ ਜਦੋਂ ਵੀ ਤੁਸੀਂ ਸਟੋਰ ਤੋਂ ਕੋਈ ਚੀਜ਼ ਖਰੀਦਦੇ ਜੋ, ਉਹਦਾ ਸੋਡੀਅਮ ਕੰਟੈਂਟ ਜ਼ਰੂਰ ਵੇਖੋ ਕਿ ਤੁਸੀਂ ਉਹ ਸੋਡੀਅਮ ਘੱਟ ਤੋਂ ਘੱਟ ਆਪਣੀ ਡਾਇਟ ਵਿੱਚ, ਸੋਡੀਅਮ ਵੈਸੇ ਹੀ ਇੱਕ ਬਹੁਤ ਕਿਲਰ ਆ, ਬਹੁਤ ਚੀਜ਼ਾਂ ਦੀ ਜੜ੍ਹ ਆ, ਬਹੁਤ ਬਿਮਾਰੀਆਂ ਦੀ ਜੜ੍ਹ ਆ। ਸੋ ਬੀ ਕੇਅਰਫੁਲ। ਬਾਕੀ ਐਕਸਰਸਾਈਜ਼, ਲੋ ਸੋਡੀਅਮ ਡਾਇਟ ਜਿਹੜੀ ਆ, ਪ੍ਰੋਪਰ ਡਾਇਟ ਖਾਓ, ਵੈਜੀਟੇਬਲਸ, ਫਰੂਟਸ ਖਾਓ। ਜੇ ਤੁਸੀਂ ਸ਼ਰਾਬ ਪੀਂਦੇ ਜੋ, ਤਾਂ ਮੈਂ ਤਾਂ ਕਹੂੰਗਾ ਬੰਦ ਕਰ ਦਿਉ, ਪਰ ਜੇ ਚਲੋ ਬੰਦ ਨਹੀਂ ਕਰਨੀ, ਐਟਲੀਸਟ ਇੱਕ ਅੱਧੇ ਪੈਕ ਤੋਂ ਵੱਧ ਨਾ ਕਰੋ। ਪੋਟਾਸ਼ੀਅਮ, ਹਾਈ ਪੋਟਾਸ਼ੀਅਮ ਡਾਇਟ ਵੀ ਬਹੁਤ ਵਧੀਆ ਸਰੀਰ ਲਈ, ਜਿੱਦਾਂ ਕੇਲੇ, ਦੋ ਕੇਲੇ ਖਾ ਲਏ, ਇੱਕ ਸਵੇਰੇ ਇੱਕ ਸ਼ਾਮ ਨੂੰ। ਜੇ ਤੁਸੀਂ ਆਹ ਸਾਰੀਆਂ ਚੀਜ਼ਾਂ ਕਰਦੇ ਜੋ, ਤੁਸੀਂ ਆਲਮੋਸਟ ਆਪਣਾ ਬਲੱਡ ਪ੍ਰੈਸ਼ਰ ਇੱਕ ਮਹੀਨੇ 'ਚ ਹੀ 10 ਪੁਆਇੰਟ ਜਾਂ 20 ਪੁਆਇੰਟ ਤੱਕ ਘਟਾ ਸਕਦੇ ਜੋ। ਬਟ ਯਾਦ ਰਹੇ, ਜਿੱਦਾਂ ਇੱਕ ਤੁਸੀਂ ਇੱਕ ਮਾਰਕ ਲੈ ਸਕਦੇ ਜੋ, ਹਰ ਇੱਕ ਕਿਲੋਗ੍ਰਾਮ ਭਾਰ ਜਿਹੜਾ ਤੁਸੀਂ ਘਟਾਓਗੇ,
ਉਹਦੇ ਨਾਲ ਤੁਹਾਡਾ 1 ਪੁਆਇੰਟ ਬਲੱਡ ਪ੍ਰੈਸ਼ਰ ਤੋਂ ਥੱਲੇ ਆ ਸਕਦਾ। ਸੋ ਜੇ ਤੁਹਾਡਾ ਬਲੱਡ ਪ੍ਰੈਸ਼ਰ ਬਸ 130 ਦੇ ਆ ਅਤੇ ਤੁਸੀਂ 10 ਕਿਲੋ ਘਟਾ ਲਿਆ ਭਾਰ ਅਤੇ ਤੁਹਾਡਾ ਆਪੇ ਬਲੱਡ ਪ੍ਰੈਸ਼ਰ 120 'ਤੇ ਆਜੂਗਾ। ਉਹ ਤੋਂ ਵੀ ਥੱਲੇ ਆ ਐਕਚੁਅਲੀ ਆ ਸਕਦਾ, ਅਕਸਰ ਵੇਖੀਦਾ ਆਪਣੇ ਪੇਸ਼ੈਂਟਸ ਦੇ ਵਿੱਚ। ਨਾਓ ਜੇ ਤੁਸੀਂ ਆਹ ਸਾਰੀਆਂ ਚੀਜ਼ਾਂ ਕਰਦੇ ਜੋ ਤਾਂ ਫਿਰ ਵੀ ਤੁਹਾਡਾ ਬਲੱਡ ਪ੍ਰੈਸ਼ਰ ਥੱਲੇ ਨਹੀਂ ਆ ਰਿਹਾ, ਜਾਂ ਤੁਹਾਡਾ ਬਲੱਡ ਪ੍ਰੈਸ਼ਰ ਸ਼ੁਰੂ ਤੋਂ ਹੀ 160 'ਤੇ ਆ, ਤਾਂ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਦਵਾਈਆਂ ਦੀ ਲੋੜ ਆ। ਬਿਕੋਜ਼ ਤੁਸੀਂ ਇਹ ਸੋਚੋ ਕਿ ਜਿੱਥੇ ਤੁਹਾਡੀਆਂ ਨਾੜੀਆਂ ਜਾਂਦੀਆਂ, ਕਿਹੜੀ ਐਸੀ ਅੰਦਰ ਆ ਜਿੱਥੇ ਤੁਹਾਡੇ ਨਾੜੀਆਂ ਜਾਂ ਖੂਨ ਨਹੀਂ ਜਾ ਰਿਹਾ। ਹੁਣ ਉਹ ਜੇ ਖੂਨ ਬੁਲਟ ਦੀ ਸਪੀਡ 'ਤੇ ਜਾਵੇ ਜਾਂ ਉਹ ਹੌਲੀ ਹੌਲੀ ਜਾਂਦਾ ਅਤੇ ਤੁਹਾਡੀਆਂ ਨਾੜੀਆਂ ਟਵਿਸਟ ਐਂਡ ਟਰਨ ਕਰਦੀਆਂ ਅੰਦਰ, ਅਤੇ ਕਿਤੇ ਹੁਣ ਰੋਜ਼ ਆਪਣੇ ਅੰਦਰ ਨਾੜੀਆਂ ਫਟਦੀਆਂ, ਪਰ ਤੁਹਾਡੇ ਸਰੀਰ ਦੇ ਅੰਦਰ ਇੱਕ ਆਟੋਮੈਟਿਕ ਸਿਸਟਮ ਆ ਕਿ ਉਹ ਕਵਰ ਕਰ ਲੈਂਦਾ ਉਹਨੂੰ। ਪਰ ਜੇ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਆ ਅਤੇ ਤੁਹਾਡੇ ਜਿਹੜੀ ਨਾੜੀ ਫਟਣੀ ਆ ਉਹਨੂੰ ਕਵਰ ਕਰਨਾ ਬਹੁਤ ਔਖਾ ਹੋ ਜਾਂਦਾ। ਸੋ ਹੌਲੀ ਹੌਲੀ ਜਾਂ ਜਿਹਦੇ ਜ਼ਿਆਦਾ ਬਲੱਡ ਪ੍ਰੈਸ਼ਰ ਹਾਈ ਆ, ਜਿੱਦਾਂ 170 180, ਕਈ ਵਾਰੀ ਅਸੀਂ ਐਸਾ ਵੇਖਦੇ ਹਾਂ ਕਿ ਪੇਸ਼ੈਂਟਸ ਸਟ੍ਰੋਕ, ਮਤਲਬ ਕਿ ਦਿਮਾਗ ਦੇ ਵਿੱਚ ਖੂਨ ਬਲੀਡ ਹੋ ਸਕਦੀ ਆ, ਤੁਹਾਡੇ ਕਿਡਨੀਜ਼ ਫੇਲ ਹੋ ਸਕਦੀਆਂ, ਤੁਹਾਡੀ ਲਿਵਰ ਫੇਲ ਹੋ ਸਕਦੀ ਆ, ਤੁਹਾਡੀਆਂ ਜਿਹੜੀਆਂ ਤੁਹਾਡੇ ਅੰਗ ਜਿਹੜੇ ਆ ਉਹ ਘੱਟ ਕੰਮ ਕਰਨਗੇ ਜੇ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਜਾਰੀ ਦੇ ਰਹਿੰਦਾ। ਸੋ ਇਸ ਲਈ ਬਹੁਤ ਜ਼ਰੂਰੀ ਆ ਕਿ ਜੇ ਤੁਹਾਡਾ 160 ਤੋਂ ਉੱਪਰ ਆ ਤਾਂ ਤੁਸੀਂ ਦਵਾਈ ਖਾਓ, ਠੀਕ ਹੈ। ਤੁਸੀਂ ਆ ਜਿਹੜੀਆਂ ਆਪਾਂ ਮੋਡੀਫਿਕੇਸ਼ਨ ਲਾਈਫ ਸਟਾਈਲ ਮੋਡੀਫਿਕੇਸ਼ਨ ਦੀ ਗੱਲ ਕੀਤੀ ਆ ਉਹ ਆਪਾਂ ਕਰੀਏ, ਪਰ ਜੇ 160 ਤੋਂ ਉੱਪਰ ਆ ਤਾਂ ਦੈਨ ਦਵਾਈ ਨਾਲ ਲੈਣੀ ਬਹੁਤ ਜ਼ਰੂਰੀ ਆ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸੋ ਕੰਟੀਨਿਊ ਕਰਦੇ ਹਾਂ ਆਪਣੀ ਟੌਕ ਬਲੱਡ ਪ੍ਰੈਸ਼ਰ 'ਤੇ, ਬਟ ਕੁਇਕ ਰੀਕੈਪ। ਸੋ ਬਲੱਡ ਪ੍ਰੈਸ਼ਰ ਕੀ ਆ? ਤੁਹਾਡੀਆਂ ਨਾੜੀਆਂ 'ਚ ਜਿਹੜਾ ਪ੍ਰੈਸ਼ਰ ਆ, ਜੇ 160 ਤੋਂ ਉੱਪਰ ਆ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ, ਜੇ 120 ਤੋਂ ਉੱਪਰ ਆ ਕੰਟਰੋਲ ਕਰ ਸਕਦੇ ਹਾਂ, ਜੇ 120 ਤੋਂ ਥੱਲੇ ਆ ਤਾਂ ਗੁੱਡ ਆ। ਮੈਜਰ ਕਿੱਦਾਂ ਕਰਨਾ? ਪ੍ਰੋਪਰ 5 ਮਿੰਟ ਸੀਟ 'ਤੇ ਬੈਠੇ ਹੋ, ਚਾਹ ਨਾ ਪੀਤੀ ਹੋਵੇ, ਕੋਈ ਡਰਿੰਕ ਨਾ ਕੀਤੀ ਹੋਵੇ, ਇੱਦਾਂ ਤੁਹਾਡੀ ਬਾਂਹ ਤੁਹਾਡੇ ਹਾਰਟ ਦੇ ਲੈਵਲ 'ਤੇ ਕਫ ਮੈਜਰ ਕਰਨਾ 2 ਵਾਰੀ, ਅਤੇ ਦੋਵੇਂ ਵਾਰੀ ਸੇਮ ਕਲੋਜ਼ ਰੀਡਿੰਗ ਹੋਣੀ ਚਾਹੀਦੀ ਆ, ਇਹ ਨਾ ਹੋਵੇ ਤੁਹਾਡਾ ਕਾਫੀ ਖਰਾਬ ਹੋਵੇ। ਅਤੇ ਜੇ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਡਾਕਟਰ ਤੋਂ ਜ਼ਰੂਰ ਜਾਣਾ, ਕਿਉਂਕਿ ਡਾਕਟਰ ਹੀ ਆ ਉਹ ਵੇਖ ਸਕਦਾ ਕਿ ਕੋਈ ਐਸੀ ਚੀਜ਼ ਤਾਂ ਨਹੀਂ ਜਿਹੜੀ ਰਿਵਰਸਬਲ ਹੋਵੇ, ਸ਼ਾਇਦ ਆਪਾਂ ਦਵਾਈ ਤੋਂ ਬਿਨਾਂ ਹੀ ਤੁਹਾਨੂੰ ਠੀਕ ਕਰ ਸਕਦੇ ਹੋਈਏ। ਅਕਸਰ ਕਈ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਲੱਭ ਲੈਂਦੇ ਹਾਂ ਕਿ ਬਾਅਦ 'ਚੋਂ ਪੇਸ਼ੈਂਟ ਨੂੰ ਦਵਾਈ ਦੀ ਲੋੜ ਨਹੀਂ। ਪਰ ਜੇ ਤੁਹਾਡਾ 120-140 ਦੇ ਵਿੱਚ ਬਲੱਡ ਪ੍ਰੈਸ਼ਰ ਆ, ਫਿਰ ਵੀ ਡਾਕਟਰ ਤੁਹਾਨੂੰ ਐਸੀਆਂ ਰੈਕਮੈਂਡੇਸ਼ਨ ਦੇ ਸਕਦਾ ਜਿੱਦਾਂ ਡਾਇਟ ਦੀਆਂ, ਐਕਸਰਸਾਈਜ਼ ਦੀਆਂ, ਕਿ ਤੁਹਾਨੂੰ ਦਵਾਈ ਦੀ ਲੋੜ ਨਾ ਪਵੇ। ਪਰ ਜੇ 160 ਤੋਂ ਉੱਪਰ ਆ ਦੈਨ ਪਲੀਜ਼ ਦਵਾਈ ਦੇ ਬਾਰੇ ਜ਼ਰੂਰ ਸੋਚੋ। ਪਿੱਛੇ ਜਿਹੇ ਮੇਰਾ ਇੱਕ ਪੇਸ਼ੈਂਟ ਸੀ, 3 ਸਾਲ ਦਾ ਮੈਂ ਉਹਨੂੰ ਟ੍ਰੀਟ ਕਰ ਰਿਹਾ ਸੀ, ਸਭ ਕੁਝ ਯੂਨੋ 3 ਸਾਲ ਪਹਿਲਾਂ ਮੈਂ ਡਾਇਗਨੋਸ ਕੀਤਾ, ਮਤਲਬ ਕਿ ਹਰ ਇੱਕ ਮਹੀਨੇ 2 ਮਹੀਨੇ ਬਾਅਦ ਅਸੀਂ ਮਿਲਦੇ ਸਾਂ, ਅਤੇ ਬਲੱਡ ਪ੍ਰੈਸ਼ਰ ਬਹੁਤ ਵਧੀਆ ਕੰਟਰੋਲ ਸੀ। ਸਾਲ ਕੁ ਪਹਿਲਾਂ ਉਹ ਮੈਨੂੰ ਕਹਿਣ ਲੱਗ ਪਿਆ ਕਿ ਮੈਂ ਦਵਾਈ ਨਹੀਂ ਲੈਣਾ ਚਾਹੁੰਦਾ, ਮੈਂ ਉਹਨੂੰ ਕਿਹਾ ਕਿ ਹੌਲੀ ਹੌਲੀ ਟੇਪਰ ਕਰਦੇ ਹਾਂ, ਹੌਲੀ ਹੌਲੀ ਤੇਰੀ ਦਵਾਈ ਘਟਾਉਂਦੇ ਹਾਂ ਜਿੱਥੇ ਤੱਕ ਘਟਾ ਸਕਦੇ ਹਾਂ। ਤਾਂ ਇੱਕ ਐਸਾ ਦਿਨ ਸੀ ਕਿ ਮੈਂ ਉਹ ਕਲੀਨਿਕ ਨਹੀਂ ਜਾਣਾ ਸੀ, ਮੈਨੂੰ ਕੋਈ ਹੋਰ ਕਵਰ ਕਰ ਰਿਹਾ ਸੀ, ਅਤੇ ਉਸ ਬੰਦੇ ਨੇ ਉਸ ਦਿਨ ਆਪਣੀ ਦਵਾਈ ਪੂਰੀ ਰੋਕਤੀ। 1 ਹਫ਼ਤੇ ਬਾਅਦ ਉਹ ਪੇਸ਼ੈਂਟ ਮੈਨੂੰ ਹੌਸਪੀਟਲ 'ਚ ਮਿਲਿਆ, ਉਹਦੇ ਬ੍ਰੇਨ 'ਚ ਬਲੀਡ ਹੋ ਗਈ। ਦਿਸ ਇਜ਼ ਅ ਕਾਮਨ ਥਿੰਗ, ਜੇ ਤੁਸੀਂ ਦਵਾਈ 'ਤੇ ਜੋ ਅਤੇ ਤੁਹਾਡਾ ਤੁਸੀਂ ਆਪਣੇ ਸਰੀਰ ਨੂੰ ਇੱਕ ਹਿਸਾਬ ਦਾ ਕੰਟਰੋਲ ਕੀਤਾ, ਅਤੇ ਜੇ ਉਹ ਕੰਟਰੋਲ ਤੁਸੀਂ ਤੋੜ ਦਿੰਦੇ ਜੋ ਤਾਂ ਤੁਹਾਡਾ ਸਰੀਰ ਉਹ ਹੈਂਡਲ ਨਹੀਂ ਕਰ ਸਕਦਾ, ਉਹ ਜਿਹੜੀ ਇੱਕਦਮ ਜਿਹੜਾ ਉਹ ਪ੍ਰੈਸ਼ਰ ਬਣਨਾ ਉਹ ਬਹੁਤ ਨੁਕਸਾਨ ਕਰ ਸਕਦਾ। ਸੋ ਇਸ ਲਈ ਜੇ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਂਦੇ ਜੋ, ਉਹ ਤੁਹਾਨੂੰ ਰੋਜ਼ ਹੀ ਖਾਣ ਦੀ ਲੋੜ ਹੈ। ਤੁਸੀਂ ਇਹ ਨਹੀਂ ਕਰ ਸਕਦੇ ਕਿ ਅੱਜ ਮੇਰਾ ਬਲੱਡ ਪ੍ਰੈਸ਼ਰ ਜ਼ਿਆਦਾ ਅਤੇ ਅੱਜ ਮੈਂ ਦਵਾਈ ਖਾ ਲਈ ਅਤੇ ਕੱਲ੍ਹ ਮੇਰਾ ਘੱਟ ਹੀ ਅਤੇ ਮੈਂ ਉਦਣ ਨਹੀਂ ਖਾਧੀ। ਹੁਣ ਅਕਸਰ ਕਈਆਂ ਦੇ ਘਰ ਜਾਈਦਾ ਜਾਂ ਕੋਈ ਸਾਨੂੰ ਕੰਪਲੇਨ ਲੈ ਕੇ ਆਉਂਦਾ ਕਿ ਅੱਜ ਮੇਰਾ ਨਾ ਸਿਰ ਪੀੜ ਹੋਣ ਦਿਆ, ਅੱਜ ਮੇਰਾ ਪ੍ਰੈਸ਼ਰ ਜ਼ਿਆਦਾ ਹੋਣਾ ਅਤੇ ਅੱਜ ਮੈਂ ਦਵਾਈ ਖਾ ਲਾਂ, ਉਦੋਂ ਤੱਕ ਤਾਂ ਟੂ ਲੇਟ ਹੋ ਗਿਆ ਨਾ। ਜੇ ਤੁਸੀਂ ਉਦੋਂ ਤੱਕ ਵੇਟ ਕਰਦੇ ਜੋ ਜਦੋਂ ਤੱਕ ਤੁਹਾਡਾ ਬਲੱਡ ਪ੍ਰੈਸ਼ਰ ਉੱਪਰ ਨਾ ਜਾਵੇ ਦਵਾਈ ਖਾਣ ਨੂੰ, ਤਾਂ ਤੁਸੀਂ ਤਾਂ ਨੁਕਸਾਨ ਕਰ ਲਿਆ, ਤੁਸੀਂ ਆਪਣੀ ਜ਼ਿੰਦਗੀ ਦੇ ਸ਼ਾਇਦ 2 ਜਾਂ 3 ਦਿਨ ਗਵਾ ਲਏ। ਹੋ ਸਕਦਾ ਤੁਹਾਡੀ ਜ਼ਿੰਦਗੀ ਉਦੋਂ ਖਤਰੇ 'ਚ ਆ ਜਾਵੇ, ਸਟ੍ਰੋਕ ਹੋ ਗਈ ਤਾਂ ਤੁਹਾਡਾ ਇੱਕ ਸਾਈਡ ਤੁਹਾਡੀ ਬਹਿ ਸਕਦੀ ਆ। ਸੋ ਵੇਖੋ, ਥੋੜ੍ਹੀ ਜਿਹੀ ਸਿਆਣਪ ਵਰਤੋ,
ਜੇ ਤੁਹਾਡਾ ਬਲੱਡ ਪ੍ਰੈਸ਼ਰ ਉੱਪਰ ਆ ਦੈਨ ਪਲੀਜ਼ ਕੰਟੀਨਿਊ ਟੇਕ ਯੋਰ ਮੈਡੀਕੇਸ਼ਨਸ ਵਰਕ ਵਿਦ ਯੋਰ ਡਾਕਟਰ ਸੋ ਤੁਸੀਂ ਆ ਸਕਰੀਨ 'ਤੇ ਵੇਖ ਸਕਦੇ ਜੋ ਇਹ ਲੌਗ ਆ ਇਹ ਲੌਗ ਤੁਸੀਂ ਜ਼ਰੂਰੀ ਨਹੀਂ ਇਹੋ ਹੀ ਲੌਗ ਇਹ ਤੁਸੀਂ ਲੌਗ ਐਕਚੁਲੀ ਅਮੈਰੀਕਨ ਹਾਰਟ ਐਸੋਸੀਏਸ਼ਨ ਔਰ heart.org ਤੋਂ ਡਾਊਨਲੋਡ ਕਰ ਸਕਦੇ ਜੋ ਜਾਂ ਤੁਸੀਂ ਆਪਣੀ ਸ਼ੀਟ ਪੇਪਰ 'ਤੇ ਇਹੋ ਲੌਗ ਆਪ ਬਣਾ ਸਕਦੇ ਜੋ ਸਵੇਰੇ ਦੋ ਵਾਰੀ ਸ਼ਾਮ ਨੂੰ ਦੋ ਵਾਰੀ ਬਲੱਡ ਪ੍ਰੈਸ਼ਰ ਚੈੱਕ ਕਰਨਾ ਇਹ ਲੌਗ 'ਤੇ ਰੱਖਣਾ ਲੌਗ 'ਤੇ ਲਾਉਣਾ ਅਤੇ ਲੌਗ ਆਪਣੇ ਡਾਕਟਰ ਕੋਲ ਲੈ ਕੇ ਜਾਣੀ ਜਦੋਂ ਤੁਸੀਂ ਡਾਕਟਰ ਕੋਲ ਜਾਓ ਆਪਣੀ ਲੌਗ ਨਾਲ ਲੈ ਕੇ ਜਾਓ ਨਾਲ ਜਿਹੜੀਆਂ ਤੁਸੀਂ ਦਵਾਈਆਂ ਲੈਂਦੇ ਹੋ ਜ਼ਰੂਰ ਲੈ ਕੇ ਜਾਓ ਜਿੰਨਾ ਤੁਸੀਂ ਜਿੰਨਾ ਤੁਸੀਂ ਇਨਫੋਰਮੇਸ਼ਨ ਆਪਣੇ ਡਾਕਟਰ ਨੂੰ ਦੱਸ ਸਕਦੇ ਜੋ ਓਨੀ ਦੱਸੋ ਓਨਾ ਹੀ ਵੱਧ ਡਾਕਟਰ ਤੁਹਾਡੀ ਹੈਲਪ ਕਰੂਗਾ ਡਾਕਟਰ ਦਾ ਨੰਬਰ 1 ਕੰਮ ਹੈ ਆਪਣੇ ਪੇਸ਼ੈਂਟ ਦੀ ਹੈਲਪ ਕਰਨਾ ਪਰ ਜੇ ਪੇਸ਼ੈਂਟ ਨੂੰ ਨਹੀਂ ਪਤਾ ਮੈਂ ਕੀ ਕਰਨਿਆ ਜਾਂ ਮੈਂ ਆਪਣੀ ਸਿਹਤ ਦਾ ਖਿਆਲ ਰੱਖਣਾ ਤਾਂ ਡਾਕਟਰ ਲਈ ਹੈਲਪ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਪਲੀਜ਼ ਐਵਰੀ ਟਾਈਮ ਯੂ ਗੋ ਟੂ ਅ ਡਾਕਟਰ ਉਦੋਂ ਆਪਣੀ ਬਲੱਡ ਪ੍ਰੈਸ਼ਰ ਲੌਗ ਬਣਾ ਕੇ ਨਾਲ ਜ਼ਰੂਰ ਲੈ ਕੇ ਜਾਓ ਅਤੇ ਦਵਾਈਆਂ ਜ਼ਰੂਰ ਲੈ ਕੇ ਜਾਓ ਸੋ ਜੇ ਤੁਹਾਨੂੰ ਡਾਇਗਨੋਸ ਹੋ ਜਾਂਦਾ ਹਾਈਪਰਟੈਂਸ਼ਨ ਤੁਹਾਨੂੰ ਦਵਾਈਆਂ ਦੀ ਲੋੜ ਪੈਂਦੀ ਆ ਅਤੇ ਓਵਰ 50 ਮੈਡੀਕੇਸ਼ਨਸ ਆ ਜਿਹੜੀਆਂ ਡਿਫਰੈਂਟ ਤੁਸੀਂ ਬਲੱਡ ਪ੍ਰੈਸ਼ਰ ਲਈ ਲੈ ਸਕਦੇ ਜੋ ਅਤੇ ਟੇਲਰਡ ਹੁੰਦੀਆਂ ਅਲੱਗ ਅਲੱਗ ਪੇਸ਼ੈਂਟ ਲਈ ਡਿਪੈਂਡ ਕਰਦਾ ਤੁਹਾਡੇ ਭਾਰ 'ਤੇ ਤੁਹਾਡੇ ਕਿਡਨੀ ਡਿਜ਼ੀਜ਼ ਹੈਗਾ ਕਿ ਨਹੀਂ ਤੁਹਾਨੂੰ ਡਾਇਬੀਟੀਜ਼ ਹੈਗੀ ਕਿ ਨਹੀਂ ਸੋ ਨਾਟ ਐਵਰੀ ਮੈਡੀਕੇਸ਼ਨ ਹਰ ਇੱਕ ਮੈਡੀਕੇਸ਼ਨ ਹਰ ਇੱਕ ਬੰਦੇ ਲਈ ਨਹੀਂ ਹੁੰਦੀ ਤੁਸੀਂ ਅਕਸਰ ਵੇਖੋਗੇ ਕੋਈ ਬੰਦਾ ਕੋਈ ਮੈਡੀਕੇਸ਼ਨ 'ਤੇ ਹੁੰਦਾ ਕੋਈ ਕਿਸੇ 'ਤੇ ਹੁੰਦਾ ਉਹ ਇਹ ਨਹੀਂ ਕਿ ਡਾਕਟਰ ਨੂੰ ਪੈਸੇ ਮਿਲ ਰਹੇ ਉਹ ਫਾਰਮਾਸੂਟੀਕਲ ਕੰਪਨੀ ਤੋਂ ਅਤੇ ਇਸ ਲਈ ਤੁਹਾਨੂੰ ਉਹਨੇ ਉੱਤੇ ਪਾਤਾ ਨਹੀਂ ਅਮੈਰੀਕਾ 'ਚ ਪਹਿਲੀ ਗੱਲ ਤਾਂ ਮੈਂ ਦੱਸਦਾ ਨਾ ਅਮੈਰੀਕਾ 'ਚ ਨਾ ਕੈਨੇਡਾ 'ਚ ਡਾਕਟਰਸ ਨੂੰ ਫਾਰਮਾਸੂਟੀਕਲ ਕੰਪਨੀਆਂ ਕੋਲ ਪੈਸੇ ਨਹੀਂ ਮਿਲਦੇ ਸਾਨੂੰ ਨਾ ਹੀ ਸਾਨੂੰ ਕਦੀ ਕੋਈ ਆ ਕੇ ਕਹਿ ਸਕਦਾ ਤੂੰ ਮੇਰੀ ਦਵਾਈ ਦੇ ਕਿਉਂਕਿ ਮੈਂ ਤੈਨੂੰ ਆਹ ਪੈਸੇ ਦਊਂਗਾ ਯੇ ਵੋ ਸਾਨੂੰ ਪੇਸ਼ੈਂਟ ਨੂੰ ਠੀਕ ਕਰਨ ਦੇ ਪੈਸੇ ਮਿਲਦੇ ਆ ਸੋ ਜਿਹੜੀ ਦਵਾਈ ਤੁਹਾਨੂੰ ਡਾਕਟਰ ਦਿੰਦਾ ਉਹ ਇਸ ਲਈ ਨਹੀਂ ਦੇ ਰਿਹਾ ਕਿਉਂਕਿ ਉਹਨੂੰ ਕੋਈ ਪੈਸੇ ਦੇ ਰਿਹਾ ਉਹ ਤੁਹਾਡੇ ਲਈ ਇਸ ਲਈ ਤੁਹਾਨੂੰ ਦੇ ਰਿਹਾ ਕਿਉਂਕਿ ਉਹ ਪਰਟੀਕੁਲਰਲੀ ਮੇਡ ਫੋਰ ਯੂ ਹੋ ਸਕਦਾ ਤੁਹਾਡੇ ਅੰਦਰ ਕੋਈ ਕਿਡਨੀ 'ਚ ਪ੍ਰੋਬਲਮ ਆ ਜਾਂ ਤੁਹਾਡੇ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਦੈਨ ਤੁਹਾਨੂੰ ਸੌਫਟ ਮੈਡੀਕੇਸ਼ਨ ਦਊਗਾ ਜੇ ਤੁਹਾਨੂੰ ਡਾਇਬੀਟੀਜ਼ ਹੈ ਦੈਨ ਅਸੀਂ ਪਰਟੀਕੁਲਰਲੀ ਏਸ ਇਨਹਿਬਿਟਰਸ ਪਹਿਲਾਂ ਦਿੰਦੇ ਹਾਂ ਕਿਉਂਕਿ ਉਹ ਕਿਡਨੀਜ਼ ਪ੍ਰੋਟੈਕਟ ਕਰਦੀਆਂ ਡਾਇਬੈਟਿਕ ਪੇਸ਼ੈਂਟਸ ਦੀਆਂ ਸੋ ਪਲੀਜ਼ ਵਰਕ ਵਿਦ ਯੋਰ ਡਾਕਟਰ ਅਤੇ ਉਹ ਤੁਹਾਨੂੰ ਟੇਲਰ ਕਰੂਗਾ ਮੈਡੀਕੇਸ਼ਨ ਪਰਟੀਕੁਲਰਲੀ ਦੈਟਸ ਰਾਈਟ ਫੋਰ ਯੂ ਇੱਕ ਚੀਜ਼ ਮੈਂ ਜ਼ਰੂਰ ਤੁਹਾਨੂੰ ਦੱਸਾਂ ਕਿ ਜਿੱਦਾਂ ਮੈਂ ਕਿਹਾ ਸੀ ਹਾਈਪਰ ਟੈਂਸ਼ਨ ਵੀ ਬਹੁਤ ਖਤਰਨਾਕ ਆ ਉੱਦਾਂ ਹਾਈਪਰ ਟੈਂਸ਼ਨ ਉਹ ਤੋਂ ਵੀ ਖਤਰਨਾਕ ਆ ਸੋ ਜੇ ਕਦੀ ਵੀ ਤਾਂ ਹੀ ਮੈਡੀਕੇਸ਼ਨ ਸ਼ੁਰੂ ਕਰਦੇ ਜੋ ਤੁਹਾਨੂੰ ਡਿਜ਼ੀਨੈਸ ਹੁੰਦੀ ਆ ਚੱਕਰ ਆਉਂਦੇ ਆ ਉਸ ਵੇਲੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋ ਨੋਟ ਡਾਊਨ ਕਰੋ ਆਪਣੇ ਡਾਕਟਰ ਨੂੰ ਕਾਲ ਕਰੋ ਆਪਣੀਆਂ ਜੇ ਤੁਹਾਨੂੰ ਇੰਨੀ ਜ਼ਿਆਦਾ ਡਿਜ਼ੀਨੈਸ ਹੋ ਰਹੀ ਆ ਕਿ ਚੱਕਰ ਰੁਕਣ ਹੀ ਨਹੀਂ ਦੇ ਜ਼ਮੀਨ 'ਤੇ ਲੰਮੇ ਪੈ ਜਾਓ ਲੱਤਾਂ ਆਪਣੀਆਂ ਉੱਪਰ ਚੁੱਕ ਲਓ ਉਸ ਵੇਲੇ 911 ਕਾਲ ਕਰੋ ਕਿ ਦਿਸ ਇਜ਼ ਸਮਥਿੰਗ ਤੁਹਾਨੂੰ ਯਾਦ ਰੱਖਿਓ ਇਹ ਹੋ ਸਕਦਾ ਅਕਸਰ ਮਤਲਬ ਕਿ ਇਹ ਵੇਖੀਦਾ ਨਹੀਂ ਆ ਇੰਨਾ ਕਦੀ ਵੀ ਡਰੈਸਟਿਕ ਕਿਸੇ ਦਾ ਬਲੱਡ ਪ੍ਰੈਸ਼ਰ ਡਾਊਨ ਨਹੀਂ ਆਉਂਦਾ ਪਰ ਜੇ ਆ ਜਾਏ ਇਹ ਚੀਜ਼ ਮੇਰੀ ਜ਼ਰੂਰ ਯਾਦ ਰੱਖਿਓ ਕਿ ਲੰਮੇ ਪੈ ਜਾਓ ਜ਼ਮੀਨ 'ਤੇ ਲੱਤਾਂ ਆਪਣੀਆਂ ਚੁੱਕ ਦਿਓ ਉੱਪਰ ਸੋਫੇ ਦੇ ਉੱਪਰ ਰੱਖ ਲਓ ਜਾਂ ਕਿਸੇ ਨੂੰ ਕਹੋ ਕਿ ਮੇਰੀਆਂ ਲੱਤਾਂ ਉੱਪਰ ਚੁੱਕ ਲਾ ਅਤੇ 911 ਉਸ ਵੇਲੇ ਕਾਲ ਕਰੋ ਠੀਕ ਹੈ ਸੋ ਇਹ ਸੀ ਹਾਈਪਰ ਟੈਂਸ਼ਨ ਬਾਰੇ ਨਾ ਹੁਣ ਗੱਲ ਕਰਦੇ ਹਾਂ ਕੋਮਨ ਮਿਥਸ ਜਿਹੜੀਆਂ ਅਕਸਰ ਆਪਾਂ ਆਪਣੇ ਕਮਿਊਨਿਟੀ ਵਿੱਚ ਪਾਈਆਂ ਜਾਂਦੀਆਂ ਕਿਉਂਕਿ ਅਸੀਂ ਤਾਂ ਅਕਸਰ ਗੁਰਦੁਆਰੇ ਜਾਈਦਾ ਜਾਂ ਕਿਸੇ ਦੇ ਘਰ ਜਾਈਦਾ ਅਤੇ ਉਹ ਐਸੇ ਕੁਸ਼ਚਨ ਪੁੱਛ ਲੈਂਦਾ ਕਿ ਕਈ ਵਾਰੀ ਹਾਸਾ ਵੀ ਆਉਂਦਾ ਅਤੇ ਪਰ ਅੰਦਰੋਂ ਅਫਸੋਸ ਵੀ ਹੁੰਦਾ ਕਿਉਂਕਿ ਪਤਾ ਵਾ ਕਿ ਚਲੋ ਯੂਨੋ ਇਹ ਕਿਹੜਾ ਹੁਣ ਮੈਡੀਕਲ ਸਕੂਲ ਗਏ ਇਹਨਾਂ ਨੂੰ ਹਰ ਇੱਕ ਨੂੰ ਉਹ ਨੌਲੇਜ ਨਹੀਂ ਹੁੰਦੀ ਸੋ ਅੱਜ ਮੈਂ ਉਹ ਗੱਲਾਂ ਟਰਾਈ ਕਰਦਾ ਉਹਨਾਂ ਗੱਲਾਂ ਕੱਢਣ ਦੀ ਜਿਹੜੀਆਂ ਅਕਸਰ ਅਸੀਂ ਸੁਣਦੇ ਹਾਂ ਫਸਟ ਆਫ ਆਲ ਜਦੋਂ ਅਸੀਂ ਪਿੰਡ 'ਚ ਜਾਂ ਕੈਂਪ ਕੁੰਪ ਲਾਉਂਦੇ ਹਾਂ ਜਾਂ ਉੱਦਾਂ ਹੀ ਮਰੀਜ਼ ਵੇਖੀਦੇ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਇਹ ਕਹਿਣਾ ਹੁੰਦਾ ਕਿ ਪੇਂਡੂਆਂ ਨੂੰ ਹਾਈਪਰ ਟੈਂਸ਼ਨ ਨਹੀਂ ਹੁੰਦੀ ਇਹ ਤਾਂ ਸ਼ਹਿਰੂਆਂ ਦੀ ਬਿਮਾਰੀ ਆ ਸੋ ਇਹ ਮੈਂ ਤੁਹਾਨੂੰ ਦੱਸਦਾ ਇਹ 'ਚ ਕੋਈ ਸ਼ਹਿਰੂ ਪੇਂਡੂ ਵਾਲੀ ਗੱਲ ਨਹੀਂ ਬਲੱਡ ਪ੍ਰੈਸ਼ਰ ਕਿਸੇ ਨੂੰ ਵੀ ਹੋ ਸਕਦਾ 90% ਜੈਨੈਟਿਕ ਹੁੰਦਾ ਇਹ ਨਹੀਂ ਕਿ ਕੋਈ ਮਾੜਾ ਵਾ ਜਿਹਨੂੰ ਬਲੱਡ ਪ੍ਰੈਸ਼ਰ ਹੋ ਗਿਆ ਇਹ ਤਾਂ ਯੂਨੋ ਓਵਰ 100 million ਲੋਕਾਂ ਨੂੰ ਵਰਲਡ ਵਾਈਡ ਆਪਣੇ ਅਮਰੀਕਾ 'ਚ ਹੀ ਆ ਬਲੱਡ ਪ੍ਰੈਸ਼ਰ 50% ਲੋਕਾਂ ਦਾ ਬਲੱਡ ਪ੍ਰੈਸ਼ਰ ਹਾਈ ਆ ਅਮੈਰੀਕਾ 'ਚ ਸੋ ਇਹ 'ਚ ਕੋਈ ਪੇਂਡੂ ਜਾਂ ਸ਼ਹਿਰੂ ਵਾਲੀ ਗੱਲ ਨਹੀਂ ਜਾਂ ਕੋਈ ਵੀਕਨੈਸ ਵਾਲੀ ਗੱਲ ਨਹੀਂ ਆ ਇਹ ਬਸ ਇੱਕ ਰੱਬ ਨੇ ਆਪਾਂ ਨੂੰ ਬਣਾਇਆ ਅਤੇ ਥੋੜ੍ਹੀ ਬਹੁਤੀ ਖਰਾਬੀ ਕਈ ਵਾਰੀ ਹੋ ਜਾਂਦੀ ਹੈ ਕਹਿ ਲਓ ਕਿ ਇਹ ਥੋੜ੍ਹੀ ਜਿਹੀ ਖਰਾਬੀ ਆ ਅਤੇ ਇਹਦੇ ਵਿੱਚ ਕੋਈ ਵੀ ਪੇਂਡੂ ਜਾਂ ਸ਼ਹਿਰੂ ਜਾਂ ਮਾੜੇ ਵਾਲੀ ਗੱਲ ਨਹੀਂ ਆ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਆ ਪਲੀਜ਼ ਇਹ 'ਚ ਖੁੱਲ੍ਹੇ ਹੋ ਗਏ ਕਹੋ ਕਿ ਮੈਨੂੰ ਬਲੱਡ ਪ੍ਰੈਸ਼ਰ ਆ ਉਹਨੂੰ ਟ੍ਰੀਟ ਕਰੋ ਇਹ 'ਚ ਕੋਈ ਡਰਨ ਵਾਲੀ ਗੱਲ ਤਾਂ ਨਹੀਂ ਜੇ ਅਸੀਂ ਇਹਨੂੰ ਪ੍ਰੋਪਰਲੀ ਟ੍ਰੀਟ ਕਰਦੇ ਹਾਂ ਤੁਹਾਡੀ ਜ਼ਿੰਦਗੀ ਓਨੀ ਹੀ ਸੋਹਣੀ ਹੋਊਗੀ ਜਿੰਨੀ ਕਿਸੇ ਆਮ ਬੰਦੇ ਦੀ ਹੁੰਦੀ ਆ ਦੂਜੀ ਗੱਲ ਜਿਹੜੀ ਅਕਸਰ ਵੇਖੀਦੀ ਆ
कि ओ यार मैं मेरे यार को दवाइयां लै लिया उन्होंने भी ब्लड प्रेशर ही मैं भी उही लै लिंदा जिहड़ियां ओह लैंदा जां मेरे घर दी नूं हाइपर टेंशन है तो मैं भी उहदी गोली खा लिंदा सो जिद्दां मैं ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਆਪਣੀ ਕਮਿਊਨਿਟੀ ਵਿੱਚ ਖਾਸ ਕਰਕੇ ਪਿੰਡਾਂ 'ਚ ਇੰਡੀਆ 'ਚ ਖਾਸ ਕਰਕੇ ਅਤੇ ਵੇਖੋ ਆਪਾਂ ਜਿੱਦਾਂ ਮੈਂ ਪਹਿਲਾਂ ਡਿਸਕਸ ਕੀਤਾ ਹਰ ਇੱਕ ਗੋਲੀ ਇੱਕ ਇਨਸਾਨ ਲਈ ਬਣੀ ਆ ਜੇ ਕਿਸੇ ਨੂੰ ਡਾਇਬੀਟੀਜ਼ ਅਸੀਂ ਉਹ ਪਹਿਲਾਂ ਸਾਰੀ ਉਹਦੀ ਹਿਸਟਰੀ ਇਸ ਲਈ ਤਾਂ ਲੈਂਦੇ ਹਾਂ ਜੇ ਅਸੀਂ 15 ਸਾਲ ਆਪਣੇ ਜ਼ਿੰਦਗੀ 'ਤੇ ਲਾਏ ਆ ਇੱਥੋਂ ਤੱਕ ਪਹੁੰਚਣ ਲਈ ਪਹਿਲਾਂ ਮੈਡੀਕਲ ਸਕੂਲ ਰੈਜੀਡੈਂਸੀ ਫੈਲੋਸ਼ਿਪ ਉਹ ਇਸੇ ਲਈ ਲਾਏ ਆ ਨਾ ਕਿ ਅਸੀਂ ਸਮਝ ਸਕੀਏ ਆਪਣੇ ਪੇਸ਼ੈਂਟ ਦਾ ਦਰਦ ਜੇ ਤੁਸੀਂ ਸਾਡੀ ਗੱਲ ਇੱਕੋ ਦੇ ਉੱਦਾਂ ਹੀ ਤੁਸੀਂ ਕਰਨੀ ਆ ਦੈਨ ਸਾਡੀ ਪੜ੍ਹਾਈ ਦਾ ਕੀ ਫਾਇਦਾ ਸੋ ਉਹ ਸਾਡੇ 'ਤੇ ਛੱਡੋ ਕਿ ਗੋਲੀ ਕਿਹੜੀ ਸ਼ੁਰੂ ਕਰਨੀ ਆ ਠੀਕ ਆ ਸੋ ਕਿਉਂਕਿ ਹਰ ਇੱਕ ਗੋਲੀ ਦੇ ਅਲੱਗ ਅਲੱਗ ਸਾਈਡ ਇਫੈਕਟਸ ਨੇ ਉਹ ਕਿੱਦਾਂ ਕਿਸੇ ਦੇ ਸਰੀਰ 'ਤੇ ਲੱਗਦੀ ਆ ਉਹਦੇ ਵਿੱਚ ਵੀ ਫਰਕ ਆ ਸੋ ਪਲੀਜ਼ ਕਿਸੇ ਦੀ ਗੋਲੀ ਨਾ ਖਾਓ ਡਾਕਟਰ ਨੂੰ ਪੁੱਛੋ ਕਿ ਤੁਹਾਡੇ ਲਈ ਕਿਹੜੀ ਗੋਲੀ ਸਹੀ ਆ ਸੋ ਤੀਜਾ ਕੁਐਸਚਨ ਇਹ ਵੀ ਅਕਸਰ ਆ ਕਿ ਮੈਂ ਤਾਂ ਲੂਣ ਨਹੀਂ ਖਾਂਦਾ ਅਸੀਂ ਤਾਂ ਸਬਜ਼ੀ 'ਚ ਘਰ ਲੂਣ ਹੀ ਨਹੀਂ ਪਾਈਦਾ ਅਤੇ ਮੈਨੂੰ ਤਾਂ ਬਲੱਡ ਪ੍ਰੈਸ਼ਰ ਹੋ ਨਹੀਂ ਸਕਦਾ ਵੇਖੋ ਲੂਣ ਜ਼ਿਆਦਾ ਖਾਣਾ ਇੱਕ ਰੀਜ਼ਨ ਆ ਬਟ ਇਟਸ ਨਾਟ ਦਾ ਓਨਲੀ ਰੀਜ਼ਨ ਅਤੇ ਜਿਹੜਾ ਲੂਣ ਤੁਹਾਡੀ ਡਾਇਟ 'ਚ ਆਉਂਦਾ ਉਹ ਇਕੱਲਾ ਤੁਹਾਡੇ ਰੋਟੀ 'ਚੋਂ ਨਹੀਂ ਆਉਂਦਾ ਇਹ ਤੁਸੀਂ ਜਿਹੜੀਆਂ ਬਾਹਰ ਚਿਪਸ ਖਾਂਦੇ ਜੋ ਹੌਗੀਆਂ ਖਾਂਦੇ ਜੋ ਜਿਹੜਾ ਹੋਰ ਬਾਹਰ ਦੇ ਬਰਗਰ ਖਾਂਦੇ ਜੋ ਇੱਕ ਬਰਗਰ 'ਚ ਮੈਨੂੰ ਲੱਗਦਾ 4 ਦਿਨਾਂ ਦਾ ਜਿੰਨਾ ਤੁਸੀਂ 4 ਦਿਨਾਂ 'ਚ ਲੂਣ ਤੁਹਾਡਾ ਰਿਕੁਆਇਰਡ ਹੁੰਦਾ ਉਹ ਤੋਂ ਵੱਧ ਇੱਕ ਬਰਗਰ 'ਚ ਹੋਊਗਾ ਸੋ ਜਦੋਂ ਵੀ ਕੋਈ ਚੀਜ਼ ਬਾਹਰੋਂ ਖਾਂਦੇ ਜੋ ਉਹਦਾ ਲੂਣ ਦਾ ਕੰਟੈਂਟ ਜ਼ਰੂਰ ਵੇਖੋ ਕੰਟੈਂਟ ਕਿੰਨਾ ਐਂਡ ਟਰਾਈ ਟੂ ਘੱਟ ਤੋਂ ਘੱਟ ਲੂਣ ਖਾਣ ਦੀ ਕੋਸ਼ਿਸ਼ ਕਰੋ ਇੱਕ ਹੋਰ ਜਿਹੜੀ ਅਕਸਰ ਗੱਲ ਸੁਣੀ ਦੀ ਆ ਕਿ ਮੈਂ ਜਦੋਂ ਨਾ ਜਦੋਂ ਮੈਨੂੰ ਪਤਾ ਲੱਗ ਜਾਂਦਾ ਮੇਰਾ ਬਲੱਡ ਪ੍ਰੈਸ਼ਰ ਉੱਪਰ ਹੁੰਦਾ ਕਿਉਂਕਿ ਉਦੋਂ ਮੈਨੂੰ ਗੁੱਸਾ ਚੜ੍ਹ ਜਾਂਦਾ ਅਤੇ ਉਦੋਂ ਮੇਰਾ ਸਿਰ ਪੀੜਨ ਲੱਗ ਪੈਂਦਾ ਨਹੀਂ ਤੁਹਾਨੂੰ ਤੁਹਾਡਾ ਬਲੱਡ ਪ੍ਰੈਸ਼ਰ ਉੱਪਰ ਜਾਂਦਾ ਉਦੋਂ ਤੁਹਾਨੂੰ ਗੁੱਸਾ ਨਹੀਂ ਚੜ੍ਹਦਾ ਤੁਹਾਨੂੰ ਗੁੱਸਾ ਚੜ੍ਹਿਆ ਹੋਊਗਾ ਉਹਦੇ ਕਰਕੇ ਤੁਹਾਡਾ ਬਲੱਡ ਪ੍ਰੈਸ਼ਰ ਜ਼ਰੂਰ ਉੱਪਰ ਜਾ ਸਕਦਾ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ ਨਾ ਉਹ ਇੱਕ ਸਾਇਲੈਂਟ ਕਿਲਰ ਆ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਉੱਪਰ ਜਾਂਦਾ ਕਈ ਸਾਲੋ ਸਾਲ ਨਿਕਲੀ ਜਾਂਦੇ ਆ ਜਦ ਤੱਕ ਤੁਹਾਡੀਆਂ ਅੰਦਰਾਂ ਨਾ ਫੇਲ ਹੋਣੀਆਂ ਸ਼ੁਰੂ ਹੋ ਜਾਣ ਜਦ ਤੱਕ ਹਾਰਟ ਅਟੈਕ ਨਾ ਹੋ ਜਾਵੇ ਅਕਸਰ ਇਹ ਆਪਣੀ ਪੰਜਾਬੀ ਕਮਿਊਨਿਟੀ 'ਚ ਵੇਖਿਆ ਜਾਂਦਾ ਕਿ ਬੰਦਾ ਹੋਸਪਿਟਲ ਆਇਆ ਉਹਦੇ ਟਰਪੋਨਨ ਐਲੀਵੇਟਿਡ ਆ ਉਹਦੀ EKG 'ਚ ਪ੍ਰੋਬਲਮ ਆ ਉਹਨੂੰ ਹਾਰਟ ਅਟੈਕ ਹੋ ਗਿਆ ਅਤੇ ਉਹਦਾ ਮੈਂ ਤਾਂ ਬੜਾ ਵਧੀਆ ਸੀ ਉਹਦੇ ਐਕੋ ਕਰੀਦਾ ਅਤੇ ਉਹ 'ਚੋਂ ਸਾਨੂੰ ਸਾਫ਼ ਵੇਖਦਾ ਕਿ ਇਹਨੂੰ ਪੱਕੀ ਗੱਲ ਆ ਕਿ ਇਹਨੂੰ ਸਾਲੋ ਸਾਲ ਹੋ ਗਏ ਆ ਕਿ ਇਹਨੂੰ ਹਾਈਪਰ ਟੈਂਸ਼ਨ ਦੀ ਪ੍ਰੋਬਲਮ ਹੋਊਗੀ ਸੋ ਇਹ ਗੱਲ ਯਾਦ ਰੱਖੋ ਕਿ ਜਦੋਂ ਤੁਹਾਨੂੰ ਇਸ ਲਈ ਮੈਂ ਮਤਲਬ ਕਿ ਬਹੁਤ ਜ਼ਰੂਰੀ ਆ ਕਿ 18 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਆਪਣੇ ਰੈਗੂਲਰ ਚੈੱਕਅਪਸ ਕਰਾਓ ਕਿ ਜੇ ਤੁਹਾਨੂੰ ਹਾਈਪਰ ਟੈਂਸ਼ਨ ਹੈ ਉਹਦਾ ਤੁਹਾਡੇ ਡਾਕਟਰ ਨੂੰ ਪਤਾ ਲੱਗ ਜਾਵੇ ਇੱਕ ਜਿਹੜੀ ਹੋਰ ਅਕਸਰ ਗੱਲ ਹੈ ਕਿ ਹੁਣ ਤਾਂ ਮੇਰਾ ਬਲੱਡ ਪ੍ਰੈਸ਼ਰ ਬਹੁਤ ਵਧੀਆ ਮੈਂ ਦਵਾਈ ਸ਼ੁਰੂ ਕਰ ਲਈ ਆ ਅਤੇ ਹੁਣ ਮੈਂ ਦਵਾਈ ਰੋਕਦਾ ਦਵਾਈ ਰੋਕ ਸਕਦੇ ਹਾਂ ਜ਼ਰੂਰ ਰੋਕ ਸਕਦੇ ਹਾਂ ਪਰ ਆਪਣੇ ਡਾਕਟਰ ਨਾਲ ਗੱਲ ਜ਼ਰੂਰ ਕਰੋ ਜਿੱਦਾਂ ਮੈਂ ਆਪਣੇ ਪੇਸ਼ੈਂਟ ਦੀ ਗੱਲ ਦੱਸੀ ਸੀ ਟੇਪਰ ਕਰ ਰਹੇ ਸੀ ਅਤੇ ਉਹਨੇ ਇੱਕਦਮ ਰੋਕਤੀ ਅਤੇ ਉਹਦਾ ਨੁਕਸਾਨ ਹੋਇਆ ਸੋ ਜੇ ਤੁਸੀਂ ਦਵਾਈ ਰੋਕਣੀ ਆਪਣੇ ਡਾਕਟਰ ਨਾਲ ਗੱਲ ਕਰੋ ਅਤੇ ਹੋ ਸਕਦਾ ਕੋਈ ਐਸਾ ਤਰੀਕਾ ਤੁਸੀਂ ਲੱਭ ਸਕਦੇ ਹੋ ਹੌਲੀ ਹੌਲੀ ਟੇਪਰ ਕਰਕੇ ਹੌਲੀ ਹੌਲੀ ਰੋਕ ਸਕਦੇ ਜੋ ਸੋ ਲਾਸਟ ਆਪਣੇ ਸ਼ੋਅ 'ਚ ਅਸੀਂ ਤੁਹਾਨੂੰ 5 ਚੀਜ਼ਾਂ ਦੱਸਾਂਗੇ ਜਿਹੜੀ ਗਰੰਟੀ ਆ ਕਿ ਤੁਹਾਡੀ ਜ਼ਿੰਦਗੀ ਵਧਾ ਸਕਦੀਆਂ ਆਪਾਂ ਕਾਫੀ ਗੱਲਾਂ 'ਤੇ ਚਰਚਾ ਕੀਤੀ ਹੋਪਫੁਲੀ ਤੁਸੀਂ ਕਾਫੀ ਕੁਝ ਸਿੱਖਿਆ ਹੋਊਗਾ ਅਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਆਹ 5 ਚੀਜ਼ਾਂ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਇਹ ਰੋਜ਼ ਕਰੋਗੇ ਅਤੇ ਗਰੰਟੀ ਆ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਵੀ ਥੱਲੇ ਲੈ ਕੇ ਆ ਸਕਦੇ ਜੋ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾ ਸਕਦੇ ਜੋ ਪਹਿਲੀ ਗੱਲ ਇਹ ਆਪਣਾ ਬਲੱਡ ਪ੍ਰੈਸ਼ਰ ਰੋਜ਼ ਚੈੱਕ ਕਰੋ 2 ਵਾਰੀ ਦਿਨ 'ਚ ਉਹਨੂੰ ਨੋਟ ਡਾਊਨ ਕਰੋ ਅਤੇ ਉਹਨੂੰ ਡਾਕਟਰ ਕੋਲ ਲੈ ਕੇ ਜਾਓ ਦੂਜੀ ਗੱਲ ਵਧੀਆ ਖਾਓ ਜਿਮ ਜ਼ਰੂਰ ਜਾਓ ਐਕਸਰਸਾਈਜ਼ ਕਰੋ 5 ਜਾਂ 6 ਵਾਰੀ ਹਫ਼ਤੇ 'ਚ ਮੈਡੀਟੇਟ ਜ਼ਰੂਰ ਕਰੋ ਅਤੇ ਜਿਹੜਾ ਨੀਂਦ ਆ ਉਹਨੂੰ ਪੂਰੀ ਜ਼ਰੂਰ ਕਰੋ 8 ਘੰਟੇ ਜੇ ਚਲੋ 8 ਘੰਟੇ ਨਹੀਂ 6 ਘੰਟੇ ਤਾਂ ਜ਼ਰੂਰ ਸੌਂ ਜੇ ਤੁਸੀਂ ਸੌਂਦੇ ਜੋ ਤੁਹਾਡਾ ਸਰੀਰ ਉਦੋਂ ਰਿਕਵਰ ਕਰਦਾ ਸੋ ਇਸ ਲਈ ਸੌਣਾ ਬਹੁਤ ਜ਼ਰੂਰੀ ਆ ਕਈ ਵਾਰੀ ਕੋਈ ਯੋਗੀ ਸੁਣ ਲਈਦਾ TV 'ਤੇ ਉਹ ਆਉਂਦਾ ਮੈਂ ਤਾਂ 3 ਘੰਟੇ ਹੀ ਸੌਂਦਾ ਬਈ ਠੀਕ ਆ ਤੁਸੀਂ ਯੋਗੀ ਜੋ ਤੁਸੀਂ 3 ਘੰਟੇ ਸੌਂ ਪਰ ਜਿਹੜਾ ਆਮ ਇਨਸਾਨ ਸਾਡੇ ਵਰਗਾ ਇਨਸਾਨ ਉਹਨੂੰ 6 ਘੰਟੇ 7 ਘੰਟੇ ਬਹੁਤ ਜ਼ਰੂਰੀ ਆ ਕਿ ਜਿਹੜੀ ਸਾਡਾ ਸਰੀਰ ਆ ਸਾਡਾ ਦਿਮਾਗ ਆ ਉਹ ਰਿਕਵਰ ਕਰ ਸਕੇ ਲਾਸਟ ਥਿੰਗ ਜਿਹੜੀ ਆਪਣੀਆਂ ਮੈਡੀਕੇਸ਼ਨਸ ਆ ਉਹ ਜ਼ਰੂਰ ਲਓ ਸੋ ਆਈ ਹੋਪ ਤੁਹਾਨੂੰ ਅੱਜ ਦਾ ਸ਼ੋਅ ਚੰਗਾ ਲੱਗਾ ਆਈ ਹੋਪ ਤੁਸੀਂ ਕੁਛ ਲਰਨ ਕੀਤਾ ਅਤੇ ਜੇ ਕੋਈ ਕੁਐਸਚਨਸ ਨੇ ਅੱਜ ਦੇ ਸ਼ੋਅ ਬਾਰੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਜੋ drswamon@justbroadcasting.com ਜੇ ਤੁਹਾਨੂੰ ਹੋਰ ਕੋਈ ਕੁਐਸਚਨ ਹੈ ਜਾਂ ਤੁਸੀਂ ਹੋਰ ਕੋਈ ਟੋਪਿਕਸ ਚਾਹੁੰਦੇ ਜੋ ਜਿਹੜੇ ਅਸੀਂ ਕਵਰ ਕਰੀਏ ਆਪਣੇ ਇਸ ਸ਼ੋਅ ਦੇ ਉੱਪਰ ਕਿਉਂਕਿ ਆਈ ਨੋ ਮੈਡੀਕਲ ਇਸ਼ੂਜ਼ ਕਾਫੀ
ਨਹੀਂ ਇੰਨੇ ਡਿਸਕਸ ਹੁੰਦੇ ਆਪਣੀ ਕਮਿਊਨਿਟੀ ਵਿੱਚ ਸੋ ਪਲੀਜ਼ ਜੇ ਕੋਈ ਵੀ ਟੋਪਿਕ ਹੈ ਜਿਹੜਾ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਦੈਨ ਪਲੀਜ਼ ਡੂ ਰਾਈਟ ਟੂ ਅਸ ਐਂਡ ਵੀ ਵਿਲ ਮੇਕ ਸ਼ੋਰ ਕਿ ਅਸੀਂ ਉਹ ਚੀਜ਼ ਨੂੰ ਆਪਣੇ ਸ਼ੋਅ ਵਿੱਚ ਕਵਰ ਕਰਾਂਗੇ ਅਗਲੇ ਸ਼ੋਅ 'ਤੇ ਮਿਲਦੇ ਹਾਂ ਨੈਕਸਟ ਵੀਕ ਅਸੀਂ ਇੱਕ ਹੋਰ ਟੋਪਿਕ ਇੰਪੋਰਟੈਂਟ ਟੋਪਿਕ ਨੂੰ ਲੈ ਕੇ ਆਵਾਂਗੇ ਸੋ ਥੈਂਕ ਯੂ ਸੀ ਯੂ ਨੈਕਸਟ ਵੀਕ ਸਤਿ ਸ਼੍ਰੀ ਅਕਾਲ